ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅਸੀਂ ਇਸ ਚੈਨਲ ਤੋਂ ਬੱਚਿਆਂ ਨੂੰ ਬਾਲ ਸਾਹਿਤ ਪੜਨ ਦੀ ਪ੍ਰੇਰਣਾ ਦੇਣ ਦਾ ਯਤਨ ਕਰ ਰਹੇ ਹਾਂ ਇਸ ਦੇ ਅਧੀਨ ਅਸੀਂ ਪ੍ਰੋਫੈਸਰ ਗੁਰਦਿਆਲ ਸਿੰਘ ਦੀਆਂ ਬਾਲ ਰਚਨਾਵਾਂ ਬਾਰੇ ਗੱਲ ਕਰਦੇ ਹਾਂ ਤਾਂ ਇਹ ਜਿਹੜੀ ਅੱਜ ਅਸੀਂ ਕਹਾਣੀ ਦੀ ਚੋਣ ਕੀਤੀ ਹੈ ਇਹ ਕਹਾਣੀ ਹੈ ਸੰਤੂ ਗੱਪੀ ਇਹ ਬੱਚਿਆਂ ਲਈ ਲਿਖੀ ਗਈ ਦਿਲਚਸਪ ਰਚਨਾ ਹੈ ਜਿਹੜੀ ਬੱਚਿਆਂ ਦਾ ਮਨੋਰੰਜਨ ਤਾਂ ਕਰਦੀ ਹੈ ਨਾਲ ਹੀ ਦਿਲਚਸਪ ਪਟੰਗ ਨਾਲ ਬੱਚਿਆਂ ਦੇ ਗਿਆਨ ਵਿੱਚ ਵਾਧਾ ਕਰਦੀ ਹੋਈ ਉਹਨਾਂ ਨੂੰ ਕਦਰਾਂ ਕੀਮਤਾਂ ਉੱਤੇ ਪਹਿਰਾ ਦੇਣ ਦੀ ਪ੍ਰੇਰਣਾ ਵੀ ਦਿੰਦੀ ਹੈ ਇਸ ਪ੍ਰਸੰਗ ਵਿੱਚ ਸੰਤੂ ਗੱਪੀ ਵਿੱਚ ਗੱਪ ਮਾਰਨ ਦੀ ਕਲਾ ਦੀ ਵਿਆਖਿਆ ਜੇਕਰ ਅਸੀਂ ਇਹ ਰਚਨਾ ਆਪ ਪੜੀਏ ਉਸ ਤੋਂ ਬਾਅਦ ਬੱਚਿਆਂ ਨੂੰ ਪੜਨ ਲਈ ਪ੍ਰੇਰਿਤ ਕਰੀਏ ਤਾਂ ਉਹ ਇਸ ਨੂੰ ਅਚੰਬੇ ਦੇ ਨਾਲ ਪੜਨਗੇ ਕਿਉਂਕਿ ਇਹਦੇ ਵਿਚਲਾ ਪ੍ਰਸੰਗ ਉਹਨਾਂ ਨੂੰ ਕਾਫੀ ਪੁਰਾਣਾ ਲੱਗੇਗਾ ਤੇ ਇਉਂ ਮਹਿਸੂਸ ਹੋਵੇਗਾ ਕਿ ਅੱਛਾ ਇਸ ਤਰ੍ਹਾਂ ਵੀ ਹੁੰਦਾ ਸੀ ਇਹੇ ਗੱਲ ਹੀ ਉਹਨਾਂ ਨੂੰ ਕਹਾਣੀ ਪੜਨ ਦੇ ਲਈ ਪ੍ਰੇਰਣਾ ਦੇਵੇਗੀ ਤਾਂ ਪਿੰਡ ਵਿੱਚ ਦੋ ਗੱਪੀ ਬਹੁਤ ਪ੍ਰਸਿੱਧ ਸੀ ਸੰਤੂ ਤੇ ਕਪੂਰਾ ਪਰ ਸੰਤੂ ਦੀ ਕਪੂਰੇ ਨਾਲ ਬਣਦੀ ਨਹੀਂ ਸੀ ਕਿਉਂਕਿ ਉਸਨੇ ਬਚਪਨ ਵਿੱਚ ਸੰਤੂ ਨੂੰ ਮੂਰਖ ਬਣਾਇਆ ਸੀ ਇਸ ਗੱਲ ਦਾ ਗੁੱਸਾ ਸੰਤੂ ਆਪਣੇ ਮਨ ਵਿੱਚ ਰੱਖਦਾ ਹੈ ਪਰ ਕਪੂਰੇ ਨੂੰ ਮਾਤ ਦੇਣ ਦਾ ਉਹਨੂੰ ਕਦੇ ਮੌਕਾ ਹੀ ਨਹੀਂ ਮਿਲਦਾ ਕਿਉਂਕਿ ਕਪੂਰਾ ਉਸ ਨਾਲੋਂ ਜ਼ਿਆਦਾ ਚੁਸਤ ਹੈ ਸੰਤੂ ਹਮੇਸ਼ਾ ਹਰ ਗੱਲ ਨੂੰ ਵਿਦਾ ਚੜਾ ਕੇ ਦੱਸਦਾ ਸੀ ਉਹਨੇ ਆਪਣੇ ਵਿਆਹ ਵੇਲੇ ਆਪਣੇ ਸਹੁਰਿਆਂ ਦੀ ਅਮੀਰੀ ਦੀਆਂ ਗੱਲਾਂ ਬਹੁਤ ਵਧਾ ਚੜਾ ਕੇ ਦਸੀਆਂ ਪਰ ਕਪੂਰੇ ਤੋਂ ਫਿਰ ਨਾ ਰਹਾ ਗਿਆ ਸੰਤੂ ਦੀ ਭੈੜੀ ਸ਼ਕਲ ਕਾਰਨ ਉਹਨੇ ਫਿਰ ਟਕੋਰ ਕਸੀ ਕਿ ਉਹਨਾਂ ਨੂੰ ਤੇਰੇ ਵਰਗਾ ਕੋਈ ਹੋਰ ਵੱਡਾ ਚੰਦ ਨਾ ਲੱਭਿਆ ਅਸਲ ਵਿੱਚ ਸੰਤੂ ਦੀ ਵੋਟੀ ਸੰਤੂ ਨਾਲੋਂ ਵੀ ਜ਼ਿਆਦਾ ਵੱਡ ਸ਼ਕਲ ਸੀ ਜਦੋਂ ਉਹਦਾ ਨਾਂ ਲੋਕਾਂ ਨੇ ਪੁੱਛਿਆ ਤਾਂ ਸੰਤੂ ਨੇ ਸੋਣੀ ਦੱਸਿਆ ਮਖੌਲ ਨਾਲ ਸਾਰਿਆਂ ਨੇ ਉਹਦਾ ਇਹ ਨਾਂ ਹੀ ਪਕਾ ਲਿਆ ਪਰ ਸੂਣੀ ਦੀ ਖਾਸੀਅਤ ਸੀ ਕਿ ਉਹ ਕਿਸੇ ਦੀ ਗੱਲ ਦਾ ਗੁੱਸਾ ਨਹੀਂ ਸੀ ਕਰਦੀ ਤੇ ਸੰਤੂ ਵਾਂਗ ਹੀ ਗਪਮਣ ਸੀ ਅਸਲ ਵਿੱਚ ਜਦੋਂ ਵੀ ਕਦੇ ਸੰਤੂ ਪਿੰਡ ਵਿੱਚ ਕਿਸੇ ਦੇ ਸਾਹਮਣੇ ਕੋਈ ਗੱਪ ਮਾਰਦਾ ਉਸੇ ਸਮੇਂ ਕਪੂਰਾ ਉਹਨੂੰ ਟੋਕ ਕੇ ਉਹਦੀ ਹੇਠ ਹੀ ਕਰ ਦਿੰਦਾ ਸੰਤੂ ਹਮੇਸ਼ਾ ਉਸ ਤੋਂ ਬਦਲਾ ਲੈਣ ਬਾਰੇ ਸੋਚਦਾ ਰਹਿੰਦਾ ਵਰੂਨ ਨੂੰ ਕੋਈ ਮੌਕਾ ਨਾ ਮਿਲਦਾ ਅਖੀਰ ਸੰਤੂ ਬੁੱਢਾ ਹੋ ਕੇ ਕਮਜ਼ੋਰ ਹੋ ਗਿਆ ਕਪੂਰਾ ਵੀ ਉਹਦਾ ਪਤਾ ਲੈਣ ਗਿਆ ਤਾਂ ਉਹਨੇ ਸੰਤੂ ਨੂੰ ਦੱਸਿਆ ਕਿ ਕੱਲ ਸੁਪਨੇ ਵਿੱਚ ਉਹਨੂੰ ਧਰਮਰਾਜ ਮਿਲਿਆ ਸੀ ਤੇ ਉਹਨੇ ਦੱਸਿਆ ਸੀ ਕਿ ਸੰਤੂ ਦੇ ਅੱਠ ਪੈਰ ਹੀ ਰਹਿੰਦੇ ਐ ਫੇਰ ਉਹਨੂੰ ਸੁਰਗਾਂ ਵਿੱਚ ਸੱਦ ਲਵਾਂਗੇ ਜਦੋਂ ਸੰਤੂ ਨੇ ਕਪੂਰੇ ਨੂੰ ਉਹਦੇ ਬਾਰੇ ਪੁੱਛਿਆ ਤਾਂ ਕਪੂਰੇ ਨੇ ਦੱਸਿਆ ਕਿ ਉਹ ਦੇ ਤਾਂ ਹਲੇ 16 ਬਰੇ ਪਈ ਐ ਕਪੂਰੇ ਦੀ ਇਹ ਗੱਲ ਸਾਰੇ ਪਿੰਡ ਵਿੱਚ ਫੈਲ ਗਈ ਅਗਲੀ ਸਵੇਰ ਸਭ ਨੇ ਸੰਤੂ ਦੀ ਵੋਟੇ ਨੂੰ ਵੈਣ ਪਾਉਂਦੇ ਸੁਣਿਆ ਲੋਕ ਸੰਤੂ ਦੇ ਘਰ ਇਕੱਠੇ ਹੋ ਗਏ ਸੰਤੂ ਦੀ ਦੇਹ ਹੀਠਾਂ ਪਾਈ ਹੋਈ ਸੀ ਉੱਤੇ ਖੇਸ ਦਿੱਤਾ ਹੋਇਆ ਸੀ ਲੋਕ ਕਪੂਰੇ ਦੀ ਭਵਖਬਾਣੀ ਸੱਚ ਹੋਣ ਬਾਰੇ ਗੱਲਾਂ ਕਰ ਰਹੇ ਸੀ ਫੇਰ ਜਦੋਂ ਸੰਤੂ ਨੂੰ ਨਹਾਉਣ ਦੀਆਂ ਤਿਆਰੀਆਂ ਹੋਣ ਲੱਗੀਆਂ ਤਾਂ ਹੰਝੂ ਪੂੰਝਦੇ ਹੋਏ ਸੋਹਣੀ ਨੇ ਕਿਹਾ ਕਿ ਉਹਦੀ ਅੰਤਿਮ ਇੱਛਾ ਸੀ ਕਿ ਨਹਾਉਣ ਤੋਂ ਪਹਿਲਾਂ ਕਪੂਰਾ ਉਹਦਾ ਮੂੰਹ ਵੇਖੇ ਭਾਵੇਂ ਸੰਤੂ ਤੇ ਕਪੂਰੇ ਦੀ ਲਗਦੀ ਸੀ ਪਰ ਆਖਰੀ ਇੱਛਾ ਤਾਂ ਉਹਨੇ ਪੂਰੀ ਕਰਨੀ ਸੀ ਜਿਸ ਕਰਕੇ ਜਦੋਂ ਉਹਨੇ ਸੰਤੂ ਦੇ ਮੂੰਹ ਤੋਂ ਖੀਸ ਲਾਇਆ ਤਾਂ ਦੇਖਿਆ ਕਿ ਉੱਥੇ ਤਾਂ ਦਾੜ ਵਾਲਾ ਕੁज्जा ਮੁੱਧਾ ਮਾਰਿਆ ਹੋਇਆ ਸੀ। ਸੰਤੂ ਨੇ ਸਿਰ ਵੱਲ ਕੰਨਾਂ ਕੋਲ ਹੱਥ ਐਵੇਂ ਕੀਤੇ ਹੋਏ ਸੀ ਜਿਵੇਂ ਪੰਜੇ ਜਾਪਣ ਤੇ ਸਾਹ ਵੀ ਔਨ ਲੈ ਰਿਹਾ ਸੀ ਕਿ ਪਤਾ ਹੀ ਨਾ ਲੱਗੇ। ਸਾਰੇ ਲੋਕ ਖੁਸ਼ ਤੇ ਹੈਰਾਨ ਸੀ। ਸੰਤੂ ਉੱਠ ਕੇ ਆਪਣੀ ਪੱਗ ਠੀਕ ਕਰਦਿਆਂ ਬੋਲਿਆ ਕਿਉਂ ਕਪੂਰਿਆ ਧਰਮਰਾਜ ਕੀ ਕਹਿੰਦਾ ਸੀ? ਇਹੋ ਨਾ ਬਈ ਸੰਤੂ ਦੇ ਪੈਰੀਂ ਆ ਥਲਾ ਕੇ ਮੇਰੇ ਕੋਲ ਆਈ। ਅੱਜ ਕਪੂਰਾ ਭਰੀ ਪੰਚਾਇਤ ਵਿੱਚ ਹਾਰ ਗਿਆ ਸੀ ਕੁਝ ਦੇਰ ਉਹ ਚੁੱਪ ਰਿਹਾ ਫਿਰ ਸੰਤੂ ਦੇ ਪੈਰਾਂ ਨੂੰ ਹੱਥ ਲਾ ਕੇ ਬੋਲਿਆ ਭਰਾਵਾ ਤੂੰ ਜਿੱਤਿਆ ਤੇ ਮੈਂ ਹਾਰਿਆ ਅੱਜ ਸੰਤੂ ਨੇ ਕਪੂਰੇ ਨੂੰ ਭਰੀ ਪੰਚਾਇਤ ਵਿੱਚ ਹਰਾ ਦਿੱਤਾ ਸੀ ਇਸ ਤਰ੍ਹਾਂ ਇਹ ਮੁਖੌਲੀਆ ਪ੍ਰਸੰਗ ਬੱਚਿਆਂ ਨੂੰ ਰੋਚਿਕ ਸਮਗਰੀ ਪ੍ਰਦਾਨ ਕਰਦਾ ਹੈ ਕਥਾਰਸ ਹੋਣ ਕਾਰਨ ਬੱਚੇ ਵੱਜੇ ਹੋਏ ਪ੍ਰਸੰਗ ਦੇ ਨਾਲ-ਨਾਲ ਤੁਰੇ ਜਾਂਦੇ ਐ ਤਾਂ ਆਓ ਅਸੀਂ ਆਪ ਵੀ ਸਾਹਿਤ ਪੜ੍ਹੀਏ ਤੇ ਬੱਚਿਆਂ ਨੂੰ ਵੀ ਸਾਹਿਤ ਪੜਨ ਦੇ ਲਈ ਪ੍ਰੇਰਿਤ ਕਰੀਏ ਤਾਂ ਉਹਨਾਂ ਦੇ ਵਿੱਚ ਚੰਗੀਆਂ ਕਦਰਾਂ-ਕੀਮਤਾਂ ਤੇ ਨੈਤਿਕ ਮੁੱਲ ਪੈਦਾ ਹੋਣ ਤੇ ਸਾਡਾ ਸਮਾਜ ਬਹੁਤ ਸਿਹਤਮੰਦ ਸਮਾਜ ਹੋ ਨਿਬੜੇ ਤਾਂ ਅਗਲੇ ਹਫ਼ਤੇ ਫਿਰ ਅਗਲੀ ਰਚਨਾ ਦੇ ਨਾਲ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਧੰਨਵਾਦ